ਇਹ ਜੀ ਸ਼੍ਰੀ ਵਰਿੰਦਰ ਕੁਮਾਰ ਜੀ IPS ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਦੇ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਤੇ ਸ਼੍ਰੀ ਗੁਰਮੀਤ ਸਿੰਘ PPS SSP ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਾਡੇ ਕੋਲ ਅੱਜ ਸੁਬਹਾ ਅਮਰੀਕ ਸਿੰਘ ਵਾਸੀ ਘੱਲੂ ਜ਼ਿਲ੍ਹਾ ਫਾਜ਼ਿਲਕਾ ਨੇ ਹਾਜ਼ਰ ਆ ਕੇ ਦੱਸਿਆ ਕਿ ਉਸਨੇ ਆਪਣੀ ਜ਼ਮੀਨ ਦੀਆਂ ਜਮ੍ਹਾਂਬੰਦੀ ਦੀਆਂ ਨਕਲਾਂ ਖੂਹੀਆਂ ਸਰਵਰ ਸਬ ਤਹਿਸੀਲ ਦੇ ਪਟਵਾਰੀ ਵਿਨੋਦ ਕੁਮਾਰ ਖੈਰਵਾ ਪਾਸੋਂ ਲੈਣੀਆਂ ਸੀ ਅਤੇ ਉਹ ਉੱਥੇ ਗਿਆ ਸੀ ਅਤੇ ਜਿਹੜਾ ਪਟਵਾਰੀ ਵਿਨੋਦ ਕੁਮਾਰ ਖੈਰਵਾ ਨੇ ਉਸ ਤੋਂ 8,000 ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ। ਉਹ ਰਿਸ਼ਵਤ ਨਹੀਂ ਦੇਣਾ ਸੀ ਉਹਨੂੰ, ਝਾਂਸਾ ਦੇ ਕੇ ਲਾਰਾ ਲਾ ਕੇ ਝੂਠਾ ਵਾਅਦਾ ਕਰਕੇ ਉਹ ਸਾਡੇ ਕੋਲ ਇੱਥੇ ਆ ਗਿਆ। ਉਹਨੇ ਸਾਡੇ ਕੋਲ ਆ ਕੇ ਕੰਪਲੇਂਟ ਕੀਤੀ ਜਿਸ ਦਾ ਬਿਆਨ ਸਾਡੇ ਇੰਸਪੈਕਟਰ ਚੰਦਰ ਸ਼ੇਖਰ ਜੀ ਹੈ ਇਹਨਾਂ ਨੇ ਦਰਜ ਕਰਕੇ FIR ਦਰਜ ਕਰਾਈ। FIR ਦਰਜ ਕਰਕੇ ਇਹਨਾਂ ਨੇ ਸਰਕਾਰੀ ਗਵਾਹ ਵਿਕਰਮ ਕੰਬੋਜ SDO ਬਿਜਲੀ ਬੋਰਡ ਮੰਡੀ ਲਾਧੂਕਾ ਅਤੇ ਵਿਨੋਦ ਕੁਮਾਰ ਮੰਡੀ ਸੁਪਰਵਾਈਜ਼ਰ ਫਾਜ਼ਿਲਕਾ ਉਹਨਾਂ ਦੀ ਹਾਜ਼ਰੀ ਵਿੱਚ ਇਹਨੇ ਤੇ ਜਿਹੜਾ ਟਰੈਪ ਕੀਤਾ ਅਤੇ ਇਹਨੂੰ ਸਬ ਤਹਿਸੀਲ ਖੂਹੀਆਂ ਸਰਵਰ ਦੇ ਬਾਹਰੋਂ ਇਹਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਕਾਬੂ ਕੀਤਾ। ਇਹਨੇ 8,000 ਰੁਪਇਆ ਪਟਵਾਰੀ ਨੇ ਮੰਗਿਆ ਸੀ ਪਰੰਤੂ ਇਹ 3,000 ਰੁਪਇਆ ਪਹਿਲੀ ਕਿਸ਼ਤ ਦੇਣ ਦਾ ਉਹਨਾਂ ਨਾਲ ਝੂਠਾ ਵਾਅਦਾ ਕਰਕੇ ਇਹ ਆ ਕੇ ਇਹਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ। ਉਹਨੂੰ ਅਸੀਂ ਗ੍ਰਿਫਤਾਰ ਕੀਤਾ ਅਤੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਬੋਰਡ ਲੱਗੇ ਆ, ਵਿਜੀਲੈਂਸ ਦੇ ਨੰਬਰ ਉੱਥੇ ਸਾਡੇ ਲਿਖੇ ਹੋਏ ਆ, ਮੇਰਾ ਇੰਸਪੈਕਟਰ ਸਾਹਿਬ ਦਾ ਸਾਰਿਆਂ ਦੇ ਲਿਖੇ ਆ ਜੀ, ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਜਿਹੜਾ 5 ਸਾਲ ਪਹਿਲਾਂ ਇਹ ਪਟਵਾਰੀ ਰਿਟਾਇਰ ਹੋਇਆ ਸੀਗਾ, ਇਹ ਰੀਇੰਪਲੋਇਮੈਂਟ ਇਹਦੀ ਹੋਈ ਹੈ, ਦੁਬਾਰਾ ਇਹਨੂੰ ਰੱਖਿਆ ਗਿਆ ਤੇ ਇਹ 5 ਸਾਲ ਪਹਿਲਾਂ ਰਿਟਾਇਰ ਹੋਇਆ ਸੀ, ਇਹ ਉੱਥੇ ਬਤੌਰ ਸਰਕਾਰੀ ਪਟਵਾਰੀ ਕੰਮ ਕਰ ਰਿਹਾ ਸੀ। ਇਹ ਕਿੰਨੇ ਸਮੇਂ ਪਹਿਲਾਂ ਜਿਹੜਾ ਇਹ ਵਾਪਸੀ ਕੀਤੀ ਸੀ ਇਹਨੇ ਜੀ, ਕੋਈ ਹੈ ਇਹਦੇ ਚਾਰ? ਇਹ ਜਦੋਂ ਜੀ ਇਹ ਗਵਰਨਮੈਂਟ ਵੱਲੋਂ ਰੱਖਿਆ ਗਿਆ ਇਹਨਾਂ ਨੂੰ, ਸਿਰਫ ਜਿਹਨਾਂ ਦਾ ਕਿਰਦਾਰ ਚੰਗਾ ਸੀਗਾ ਉਹ ਬੰਦੇ ਦੁਬਾਰਾ ਇਹ ਲਾਏ ਗਏ ਪਟਵਾਰੀ। ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਸਾਰੇ ਕੇਸ ਨੂੰ, ਕਿਉਂਕਿ ਇੱਕ ਇਹ ਜੀ ਅਸੀਂ ਇਨਵੈਸਟੀਗੇਸ਼ਨ 'ਚ ਹੀ ਵੇਖਾਂਗੇ ਸਾਰਾ, ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਸਾਰਾ। ਜਿੰਨੇ ਪੈਸੇ ਦਿੱਤੇ ਸੀ ਇਹ ਕੋਈ ਜਿਹੜਾ ਬੈਕਗ੍ਰਾਉਂਡ ਹੁੰਦੀ ਕਿ ਗਰੀਬ ਤਬਕੇ ਨਾਲ ਜੀ? ਆਹੋ, ਉਹਦੇ ਕੋਲੇ ਜੀ 2-2.5 ਕਿੱਲੇ ਜ਼ਮੀਨ ਹੈਗੀ ਆ, ਉਹਦੇ ਜਿਹੜੇ 2 ਬੇਟੇ ਆ ਦੋਵੇਂ ਉਹ ਲੇਬਰ ਦਿਹਾੜੀ ਕਰਦੇ ਹੈਗੇ ਆ ਜੀ, ਬਹੁਤ ਗਰੀਬ ਬੰਦਾ ਹੈਗਾ ਜਿੱਥੋਂ ਇਹ ਡਿਮਾਂਡ ਕਰ ਰਿਹਾ ਸੀ। ਸਰ ਕੀ ਕਹਿਣਾ ਚਾਹੋ ਉਹਨਾਂ ਨੂੰ ਜੋ ਰਿਸ਼ਵਤ ਅਜੇ ਵੀ ਲੈਂਦੇ ਨੇ ਕਿਤੇ ਨਾ? ਸਾਡੇ ਕੋਲੇ ਮੈਂ ਸਾਰੇ ਰਿਸ਼ਵਤ ਜਿੱਦਾਂ ਤੋਂ ਕੋਈ ਸਰਕਾਰੀ ਮੁਲਾਜ਼ਮ ਕਰਮਚਾਰੀ ਮੰਗਦਾ, ਮੈਂ ਇਹੀ ਬੇਨਤੀ ਕਰਦਾ ਵੀ ਸਾਡੇ ਕੋਲੇ ਆ ਕੇ ਇਤਲਾਹ ਦਿਓ, ਅਸੀਂ ਨਾਲ ਦੀ ਨਾਲ ਹੀ FIR ਦਰਜ ਕਰਕੇ ਉਹਨਾਂ ਨੂੰ ਰੰਗੇ ਹੱਥੀਂ ਕੰਮ ਕਰਾਂਗੇ।